ਰਾਹਤ ਮਿਲੀ ਅਤੇ ਪਾਰਾ ਵੀ ਹੇਠਾਂ ਡਿੱਗਿਆ। ਉਧਰ ਕਿਸਾਨਾਂ ਦੇ ਵੀ ਚਿਹਰੇ ਤੇ ਕੁਝ ਰੌਣਕ ਆਈ ਹੈ ਕਿਉਂਕਿ ਝੋਨੇ ਦੀ ਸੀਜ਼ਨ ਕਰਕੇ ਪਾਣੀ ਦੀ ਫਸਲ ਨੂੰ ਸਖਤ ਲੋੜ ਸੀ ਅਤੇ ਇਸ ਮੀਂਹ ਨਾਲ ਜਿੱਥੇ ਕਿਸਾਨਾਂ ਦੀ ਫਸਲ ਲਈ ਪਾਣੀ ਦੀ ਪੂਰਤੀ ਹੋਵੇਗੀ ਉੱਥੇ ਹੀ ਲਗਾਤਾਰ ਪੈ ਰਹੀ ਗਰਮੀ ਤੋਂ ਵੀ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਉੱਤਰ ਭਾਰਤ ਦੇ ਵਿੱਚ ਮੌਨਸੂਨ ਲਗਭਗ 10 ਦਿਨ ਦੇਰੀ ਨਾਲ ਆਇਆ ਹੈ ਅਤੇ ਪੰਜਾਬ ਦੇ ਕਈ ਹਿੱਸਿਆਂ ਦੇ ਨਾਲ ਅੱਜ ਲੁਧਿਆਣਾ 'ਚ ਵੀ ਮੀਂਹ ਨੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ ਕਿਉਂਕਿ ਬਿਜਲੀ ਦੇ ਕੱਟ ਅਤੇ ਗਰਮੀ ਕਾਰਨ ਲੋਕ ਕਈ ਦਿਨਾਂ ਤੋਂ ਪਰੇਸ਼ਾਨ ਸਨ ਅਤੇ ਅੱਜ ਪਈ ਮੀਂਹ ਨੇ ਲੋਕਾਂ ਨੂੰ